غصے کی دن کی آخری مجلس کے لیے میں تب کے محمد والے ذکر ہے محمد والے بیت محمد کے لیے تب دیتا ہوں سید الزاکرین بحر المسائل سید امداد حسین شرادی صاحب. شرادی صاحب انشاءاللہ شام کریمہ کی مجلس کل رات 9 بجے امام پر کا سجادیہ قربان میں بڑھ گئے. دن رات 2 بجے مجلس سے ادا ہوگی. شرادہ اونو محمد کے تابوت برآمد ہوں گے, وہ مجلس سے ادا ذاکر شواد حیدر نقوی پڑھیں گے. صبح برآمدگی جو ہے وہ علامہ اختر زیدی صاحب کروائیں گے, اور قیام کی مجلس جو ہے وہ حسن رضا پاکر صاحب جو اس امام برگاہ میں ذکر محمد والے بیت محمد بیان فرمائے ہیں وہ کریں گے. تو جہاں کی یہ دن کی آخری مجلس ہے, دعا کریں گے مالک ملک بھر کے بانیان کے رزق وقت میں اضافہ فرمائے. آپ احباب جو جو حاجات ملاجات خواہشات لے کے وارث زمانہ ان کی جات امام مظلوم کربلا امام حسین علیہ السلام کا ماتمی پرسہ لینے آئے ہیں, مالک آپ کی تمام دینی دنیاوی حاجات پوری فرمائے. شاہ صاحب کی آمد کے لیے, بانیان کے رزق وقت میں اضافے کے لیے, اور اپنی اپنی دعاؤں کی قبولیت کے لیے باآواز بلند نعرہ تکبیر بغاوت کی.
جنگ سفین کو جناب امیر دی فوج دے حضور جناب علی نال بغاوت کی بغاوت دیاں ڈھیر ساری وجوہات ہیں لیکن ایک وجہ دسنا مخالف فوج نے حاکم شام دے حکم دے مطابق قرآن نے زیادہ بلند کی امیر صلوات و سلام نے اپنی فوج کو حکم دیتا بھائی مخالف کی چال ہے تسی جنگ جاری رکھو تسی حیران ہو گئے ہو کہ یہ میری ذاکری ہے سوچ پہ کرو امام حسین پاک اللہ اکبر مولا فرمایا یہ مخالف کی چال ہے تو اس کی جنگ جاری رکھو جنہاں لوگاں دے عقیدے علی دی فوج وچ کمزور ہاں جڑے کمزور عقیدے دے مالکاں انہاں دے یاری سان قرآن نال لڑیندا ہے مولا فرمایا حیا کرو او سامت علی نہ تکو میں مضمون شروع کی تھی کلا مولا فرمایا جدنی علی دے مخالفین نے علی دی مخالفت کی تھی انہاں علی دے مقابلے یا قرآن کھڑا کیتا یا نماز کھڑی کی علی تیری امامت تے سانو شک پیدا اسی تیرے نال جنگ کرنی جی کوئی بندہ بیٹھے جس نو تاریخ نال پیار ہے وہ جنہاں لوگ علی نال بغاوت کی تھی وہ جڑے خارجی ہیں وہ جڑے باغی ہیں انہاں باغیاں نال علی جڑی جنگ کی تھی عرب دی دھرتی تے اس جنگ نو جنگ نہروان سمجھ آخری مجلس ہے میں کوئی لکھنا چاہتا تیرے ذہن چلو ایک سطر تینو جگاون واسطے تیری گرمی دشمن دی حویلی سٹن واسطے جنگ نہروان جتھے ہونی آئی ہو وہ جگہ جتھے امیر نے نہروانیاں نال جنگ کی تھی
ਜਿੱਥੇ ਮੌਜੂਦ ਦੇ ਖੈਮੇ ਤੇ ਜਿੱਥੇ ਜੰਗ ਹੋ ਰਹੀ ਹੈ ਦਰਮਿਆਨ ਵਿੱਚ ਦਰਿਆ ਇੱਧਰ ਦੇ ਲਾਏ ਜੰਗ ਹੋਣ ਤੋਂ ਪਹਿਲੇ ਅਮੀਰ ਮੋਮਿਨੀਨ ਨੇ ਉਹਨਾਂ ਬਾਣੀਆਂ ਨੂੰ ਜੰਗ ਹੋਣ ਤੋਂ ਪਹਿਲੇ ਜੰਗੇ ਨਹਿਰਾਂ ਦਾ ਨਤੀਜਾ ਵੀ ਦੱਸਿਆ ਸਿਰਫ ਨੌ ਬੱਚੇ ਅਲੀ ਦੇ ਸਿਰਫ ਨੌ ਨੌਕਰ ਸ਼ਹੀਦ ਪਰੇਸ਼ਾਨ ਹੋ ਗਏ ਹੁਣ ਉਹਦੇ ਨਾ ਗਿਆ ਦਰਮਿਆਨ ਵਿੱਚ ਦਰਿਆ ਜਾਂ ਸੁੱਤ ਸੱਤਰ ਕਰੋੜ ਉਹਦੇ ਮਿਹਰਬਾਨੀ ਹੈ ਦਰਿਆ ਦਜਲਾ ਤੋਂ ਦੋ ਮੀਲ ਦੇ ਫਾਸਲੇ ਤੇ ਅਮੀਰ ਅਲ ਮੋਮਿਨੀਨ ਦੇ ਖੈਮੇ ਮੰਡਿਆ ਨੇ ਉਹ ਇੱਕ ਬੰਦਾ ਜਿਸ ਦਾ ਨਾਮ ਤਾਰੀਖ ਵਾਲੇ ਨਸੀਬ ਲਿਖਦੇ ਗੱਲਾਂ ਮੁਕਾਈਆਂ ਕਰੋ ਨਾਮ ਨਸੀਬ ਹੈ ਬਾਗੀ ਉਹਨਾਂ ਖਾਰਜੀਆਂ ਦੇ ਨਾਲ ਉਤਰੇ ਅਕੀਦਾ ਉਹਨਾਂ ਦਾ ਰੱਖਦਾ ਹੈ ਲੇਕਿਨ ਅਲੀ ਦੀ ਜ਼ੁਲਫਕਾਰ ਦੇ ਡਰ ਦੀ ਵਜ੍ਹਾ ਤੋਂ ਅਲੀ ਨਾਲ ਸ਼ਾਮਲ ਰਿਹਾ ਅੱਲਾਹ ਅਕਬਰ ਮੌਲਾ ਨੇ ਉਸ ਨਸੀਬ ਨੂੰ ਆਪਣੇ ਖੈਮੇ 'ਚ ਬੁਲਾਇਆ ਮੌਲਾ ਫਰਮਾਇਆ ਨਸੀਬ ਜੀ ਯਾਰੀ ਮੌਲਾ ਫਰਮਾਇਆ ਮੈਂ ਤੇਰੀ ਨੀਗਰ ਨੂੰ ਵੀ ਜਾਣਦਾ ਲੇਕਿਨ ਅਲੀ ਤੇਰੀ ਡਿਊਟੀ ਕਰ ਲੈਂਦਾ ਹੈ ਆਖਰੀ ਮਜਲਿਸ ਦਰਮਿਆਨ ਇਸ ਦਰਿਆ ਦਰਿਆ ਸਤਰ ਮੈਂ ਇੱਕੋ ਆਖਣੀ ਤੂੰ ਜ਼ਮੀਨ ਤੇ ਬਹਿ ਹੀ ਨਹੀਂ ਸਕਦਾ ਦਰਮਿਆਨ ਇਸ ਦਰਿਆ ਦਰਿਆ ਅਲੀ ਨੇ ਉਸ ਨਸੀਬ ਨੂੰ ਆਖਿਆ ਲਗਾਵਾ ਅਲੀ ਤੇਰੀ ਡਿਊਟੀ ਕਰ ਲੈਂਦਾ ਦਰਿਆ ਭਰੀ ਕੇ ਪਿਆਵਾਂ ਦਰਿਆ ਦੇ ਕਿਨਾਰੇ ਤੇ ਖਲੋ ਕੇ ਇੱਕ ਮੱਛਲੀ ਦੇ ਨਾਮ ਤੋਂ ਸਾਂਡ ਮਾਰ ਲੈ ਮੇਰੀ ਫੌਜ ਗੁਜ਼ਰਨੀ ਜਾਗੋ ਦਰਿਆ ਦੇ ਕਿਨਾਰੇ ਤੇ ਖਲੋ ਕੇ ਮੱਛਲੀ ਦੇ ਨਾਲ ਸੱਟ ਮਾਰਨਾ ਕੰਤੀਸ ਮੱਛਲੀ ਪਾਣੀ ਦੇ ਬਾਹਰ ਮੂੰਹ ਕੱਢੇ ਸੀ ਅਲੀ ਫਰਮਾਇਆ ਨੇ ਸੁਣਾ ਕੇ ਕੰਤੀਸ ਰਾਜੀ ਦਾ ਬਾਬਾ ਸਲਾਮ ਪਿਆ ਕਰੇ ਤੇ ਮੇਰੀ ਫੌਜ ਗੁਜ਼ਰਨਾ ਪਾਣੀ ਦੀ ਤਹਿ ਚਵਾਈ ਦਸ
ਕਿੱਥੋਂ ਪਾਣੀ ਹਾਥ ਕਿੱਥੋਂ ਪਾਣੀ ਤਾਰ ਕਦੀ ਤੇਰਾ ਦਿਓ ਹਾਥ ਕਾਰ ਦਾ ਸਫ਼ਰ ਰਹਿਣਾ ਮੇਰੀ ਮੌਜ ਗੁਜ਼ਰ ਲੈ ਮੱਛਲੀ ਹਰੀ ਪਿਆ ਦੇ ਉਸ ਨਸੀਰ ਨੂੰ ਪੈਗਾਮ ਕਰੇ ਨੇ ਜੋ ਮਕਾਈ ਦੀ ਇਸਲਾਹ ਹੁੰਦੀ ਹੋ ਅਸਲ ਤਾਂ ਖਾਰਜੀ ਆ ਨਾ ਸਵਾਂ ਦੀ ਪਈ ਹੈ ਟੁਰ ਪਿਆ ਦਰਿਆ ਦੇ ਕਿਨਾਰੇ ਤੇ ਆਇਆ ਸਾਰੀ ਗੁਫਤਗੂ ਛੋੜਾ ਸੰਡ ਮਾਰੇ ਕੰਤੀ ਹੀਕ ਦੇ ਬਜਾਏ ਪੰਜਾਂ ਮੱਛਲੀਆਂ ਮੂੰਹ ਪਾਰ ਕਰੀ ਹੁਣ ਨਾ ਮੁਰਾਰ ਵੱਧ ਪੇ ਹਰੀ ਦੇ ਦਿਲ ਤੇ ਸ਼ੱਕ ਕਰੇ ਦਿਲ ਚੱਲ ਹਰੀ ਤਾਂ ਕਿਆ ਹੀ ਕੋਸੀ ਕੀ ਪੰਜ ਲੁਤਫ ਲੈ ਰਹੇ ਹੋ ਇਹ ਖਾਰਜੀ ਨਸੀਰ ਆਦਾ ਹੈ ਤੁਹਾਡੇ ਚ ਕੰਦੀਸ ਕਿਹੜੀ ਹੈ ਉਹ ਇੱਕ ਮੋਹ ਨਹੀਂ ਹੋ ਸਕਦੇ ਜਿਹੜੀਆਂ ਸਾਰੀਆਂ ਆਈਆਂ ਖੜੀਆਂ ਸਾਰੀਆਂ ਦਾ ਨਾਮ ਹੀ ਕੰਦੀਸ ਕਿਹੜੀ ਕੰਦੀਸ ਨਾਲ ਮਤਲਬ ਹੈ ਨਾ ਮੁਰਾਦ ਪਰੇਸ਼ਾਨ ਹੋ ਗਿਆ ਭੱਜ ਪਿਆ ਅਲੀ ਦੇ ਖੈਮੇ ਚ ਇਕੱਠਾ ਗਰਮੀ ਢੇਰ ਆਈ ਪਰੇਸ਼ਾਨੀ ਤੋਂ ਪਸੀਨਾ ਨਾ ਮੁਰਾਦ ਦਾ ਵਗਦਾ ਪਏ ਅਲੀ ਦੇ ਸਾਹਮਣੇ ਕਦੇ ਜਾ ਅਲੀ ਤੁਸਾਂ ਠੀਕ ਆਖੀਏ ਉਹ ਪੰਜ ਕਿਹੜੀ ਕਰਤੀ ਉਸ ਨਾਲ ਮਤਲਬ ਹੈ ਅਲੀ ਫਰਮਾਇਆ ਜਿਸ ਨੂੰ ਪੈਗਾਮ ਲੈਣੇ ਅਲੀ ਉਸ ਮਛਲੀ ਦੀਆਂ ਸੱਤ ਖੁਸ਼ੀਆਂ ਦੇ ਨਾਂ ਤੱਕ ਸਮਝਦਾ ਹੈ ਕਲੀਸਾ ਬਿੰਤ ਮੁਦਰਕਾ ਬਿੰਤ ਕਿਨਾਨਾ ਬਿੰਤ ਫਾਹਰ ਇਹ ਮੌਲਾ ਨੇ ਪੰਜ ਪੀੜੀਆਂ ਪੜੀਆਂ ਮੱਛਲੀ ਦੀ ਬਾਜ ਪਿਆ ਨਤੀਜਾ ਇਸੇ ਉਹ ਸ਼ਜਰਾ ਪੜੇ ਕੰਤੀਸ ਬਿੰਤ ਕਲੀਸਾ ਬਿੰਤ ਮੁਦਰਕਾ ਬਿੰਤ ਕਿਨਾਨਾ ਬਿੰਤ ਫਾਹਰ ਕਿਹੜੀ ਉਹ ਚਾਰ ਟੁਰ ਗਈਆਂ ਹੇਕ ਰਹਿ ਹੋ ਸਕਿਆ ਅਲੀ ਪਿਆ ਪੁੱਛਦੇ ਮੇਰੀ ਫੌਜ ਗੁਜ਼ਰਨਾ ਹੈ ਪੁੱਲ ਹੈ ਕੋਈ ਨਾ ਦਰਿਆ ਭਰੀ ਕੇ ਪਿਆ ਪਤਾਕਾਰ ਕਿੱਥੋਂ ਪਾਣੀ ਹਾਥ ਹੈ ਕਿੱਥੋਂ ਪਾਣੀ ਤਾਰ ਹੈ ਮਛਲੀਆਂ ਸਮਾਨ ਦਾ ਦੇ ਕੇ ਕਬਰਾਂ ਲਾ ਇਸ ਅਲੀ ਦੀ ਇੱਜ਼ਤ ਵਾਸਤੇ ਮੈਂ ਜ਼ਬਾਨ ਦੇ ਮੈਂ ਇਸ ਪੁੱਤਰ ਆ ਰਹੇ ਕਰਦਾ ਅਰਬੀ ਜ਼ਬਾਨ ਫਸੀਓ ਬਲੀਗ ਲਹਿਜੇ ਉਹ ਮਛਲੀ ਬੋਲੀ ਨੂੰ ਸੰਖਿਆ ਨਸੀਰ ਇੱਕ ਵਾਰੀ ਗੱਲ ਬਾਤ ਕਰੇ ਉਹ ਸੰਖਿਆ ਅਲੀ ਪਿਆ ਪੁੱਛ ਲਈ ਮੇਰੀ ਫੌਜ ਗੁਜ਼ਰਨਾ ਹੈ ਕਿੱਥੋਂ ਪਾਣੀ ਹਾਥ ਹੈ ਕਿੱਥੋਂ ਦਾਰ ਹੈ ਸਾਰੀ ਜ਼ਿੰਦਗੀ ਅਲੀ ਦੀ ਜੁੱਤੀ ਦੀ ਧੂੜ ਦਾ ਸਦਕਾ ਦਿੱਤੀ ਹੋਈ ਜ਼ਬਾਨ ਹਰਾ ਕੇ ਤੂੰ ਦਾਦ ਦੇਵੇਂ ਤਾਂ ਸਦਰ ਦਾ ਮੁੱਲ ਨਹੀਂ ਨਸੀਰ ਤਰੇ ਵਾਲੀ ਆਖੇ ਅਲੀ ਪਿਆ ਪੁੱਛ ਲਈ ਕਿੱਥੋਂ ਪਾਣੀ ਹਾਥ ਹੈ ਕਿੱਥੋਂ ਦਾਰ ਹੈ ਮਛਲੀਆਂ ਦੀ ਖੁਦਾ ਨਸਲ ਤੇ ਲਾਨਤ ਹੈ ਜਿਹੜਾ ਅਲੀ ਘਰ ਬੈਠ ਕੇ ਸਭ ਖੁਸ਼ਤਾ ਜਾਣਦਾ ਹੈ ਉਹ ਇਹ ਨਹੀਂ ਜਾਣਦਾ ਕਿੱਥੋਂ ਹਾਥ ਹੈ ਕਿੱਥੋਂ
कोई जनाब की गर्मी घटी है। बस की दुआ कर अल्लाह बस हूँ मैं नतीजे से आवा क्योंकि मेरी जाकरी का अपना अंदाज है मैं जी गल शुरू करनी होंगी उससे मुकाम मैं मुहब्बत की कड़ी ना कड़ी जोड़नी बस जंगे मेहरबान हो गई जिमें मौला नतीजा दसिया उन्होंने सिर्फ नौ बच गए अमीर के सिर्फ नौ नौ कर शरीर हूँ रात पढ़ता पे चाहना हूँ तेन पता लगने वतरा लखी पड़ रहे अल्लाह अकबर वो जेड़े मेहरबानी नाव बच गए खारजी अली उन्होंने कैद किया हैरान हो गए अली उन्होंने कैद किया हूँ रात पर्दा पे चाहना उन्होंने नौ कैदिया शिमर भी शामिल अल्लाह अकबर अली उन्होंने कैद करके दो रवायतन मदीना यकूफा ज्यादा उलमा ज्यादा तवारीख दाना तारीख दाना जी रवायत लिखी वो कूफ है अमीर उन्होंने कैद करके कूफे लाया अली ने नौ कोठियां बनवाई एक एक कोठी एक एक मेहरबानी कैद किया कोठियां जंदरा मार के ना अली चाबी हाथ रखे रखे सुलेमान मेरा हुसैन किथे जागो थोड़ा जहा हलो भी हुसैन ला के हाथ जोड़े कहना तमीर कहना दे गरीब दा सलाम हो बलोवी मौल फरमाया चाबी असमान अरे बाबा बड़ा हसन है हुसैन छोटा मौल फरमाया इत कोई राज है इन कैदियों का तलक तेरे नाल है कथा रोंदियां तू तो गोश का दिल रखता है मौल फरमाया चाबी समाज इन्हां दी हिफाजत थोड़े दुआ फिरावा दे जिम्मे एक दिन दुए फिरा लमान ना करेगा एक दिन दुए फिरा कैदियां दा मुलाजा करे दे आंदे उस कोठरी के दर से हुसैन के कदम रुके जिस कोठरी शिमर कहता सतवें कदम से हसन मुड़ के बैठे हसन आखे हुसैन इस कोठरी के दर से क्यों रुके अमामा लहा के हाथ जोड़ क्या दे तू अमीर है मैं गरीब हौसला मेरा बच्चा हौसला आ गया तू अमीर तू 1400 साल तू बात सुन के हार की थी मैं कुछ लिखना चाहना तेरे जहन च हसन भेरा दी गल न समझे उसी मुनावर ने हुसैन कहे तू अमीर है मैं गरीब हाँ हर साल मुंह जो क्या दे नरवा आज वो रुत्री बहु दो है अल्लाह हुसैन आदे हसन
ਮੈਂ ਕਾਂਡ ਸੰਭਾਲ ਇਹ ਜਿਹੜਾ ਕਹਿੰਦੀ ਹੈ ਨਾ ਕੋਠੜੀ ਚ ਇਹਦੇ ਨਾਲ ਮੈਂ ਇੱਕ ਗੱਲ ਕਰਨੀ ਇੱਥੇ ਉਹ ਸ਼ਾਮ ਦੇ ਸਤਰ ਪੜ੍ਹਦੇ ਹਨ ਬਾਬਾ ਨਾਨਕ ਸਾਹਿਬ ਉਹ ਫਰਮਾਉਂਦੇ ਹੋਏ ਹਨ ਜਿਨ੍ਹਾਂ ਦੇ ਜੀਂਦੇ ਹੋਏ ਨੇ ਉਹ ਕੰਡ ਸੁਣ ਲੈਂਦੇ ਅਲਮਾਨ ਹੋਈ ਅਲਮਾਨ ਹੋਈ ਅਮੀਰ ਗਰੀਬ ਦੀ ਕੰਡ ਸਮਾਲੀ ਸੰਭਲਦੇ ਮਸਾਹਿਬ ਸੁਣ ਨਹੀਂ ਤਾਂ ਅਮੀਰ ਗਰੀਬ ਦੀ ਕੰਡ ਸੰਭਾਲੀਏ ਇਹ ਕੁੱਤਾ ਸ਼ਿਮਰ ਮਿੱਟੀ ਤੇ ਬੈਠਾ ਹੁਸੈਨ ਸੀ ਖਾਨਾ ਮੱਥਾ ਦੇ ਕੇ ਸਜਾ ਹੱਥ ਵਧਾ ਕੇ ਦੇ ਸ਼ਿਮਰ ਮੈਂ ਸੁਜਾਨ ਮੈਂ ਹੁਸੈਨ ਇਤਲੀ ਉੱਤੇ ਇੱਕ ਮਿੱਟੀ ਤੋਂ ਉੱਠੇ ਅਦੇ ਹੁਸੈਨ ਮੈਂ ਜਾਣਦਾ ਤੂੰ ਲਹਰਾ ਦਾ ਪੁੱਤਰ ਤੂੰ ਮੋਹਰ ਨਬੂਵਤ ਦਾ ਸਵਾਰ ਹੁਸੈਨ ਫਰਮਾਨ ਜਾਣਦਾ ਹੈ ਤਵਾ ਦਾ ਅਗਲੀ ਸੋਣ ਅੱਜ ਹੁਸੈਨ ਵਸਦਾ ਹੈ ਹੁਸੈਨ ਕੇ ਪੁੱਛਦਾ ਹੀ ਕੋਠੜੀ ਤਨ ਕੋਈ ਤਕਲੀਫ ਹੋਵੇ ਆਇਓ ਤਾਂ ਜੀ ਗੱਲ ਪਾਰੀ ਕਬਦੇ ਹੱਥ ਜੋੜ ਕੇ ਦੇ ਹੁਸੈਨ ਦੀ ਤਕਲੀਫ ਪੁੱਛੀ ਨਾ ਤਾਂ ਕੋਠੜੀ ਤਾਂਗੇ ਗਰਮੀ ਢੇਰ ਮੈਨੂੰ ਤੇਰੇ ਢੇਰ ਲੱਗਦੀ ਹੈ ਹੁਸੈਨ ਹੱਥ ਨਾਲ ਸ਼ਿਮਰ ਨੂੰ ਪਾਣੀ ਦੇਵਾਇਆ ਕਿਤਨੇ ਬੰਦੇ ਹਾਇ ਕਰੇ ਸਨ ਕਿਤਨੇ ਸੀਨੇ ਦੇ ਹੱਥ ਵਾਲੇ ਸਨ ਇਹ ਹੁਣ ਕੰਮ ਦਾ ਖਲਰ ਹੈ ਸ਼ੁਕਰੀਆ ਅਦਾ ਪਿਆ ਕਰੇ ਹੈ ਹੁਸੈਨ ਫਰਮਾਨ ਜੇ ਪਾਣੀ ਪੀ ਰਹੀ ਨਾ ਇੱਕ ਗੱਲ ਜ਼ੇਹਨ ਚ ਰੱਖੀ ਕੈਦੀ ਨਾਲ ਉਹ ਜ਼ਖਮੀ ਨੂੰ ਤੇ ਅੱਲਾਹ ਮਾਰਵਾਈ ਅੱਲਾਹ ਮਾਰਵਾਈ ਲੱਭਾ ਜਾਗੋ ਜਾਗੋ ਆਖਰੀ ਮਜਲਸ ਹੈ ਮੈਂ ਹੁਸੈਨ ਦੀ ਸ਼ਹਾਦਤ ਦਾ ਸੁਣਾਵਣ ਲੱਗਾ ਅੱਲਾਹੁ ਅਕਬਰ ਇਮਾਮ ਹੁਸੈਨ ਤਨ ਉਸ ਰੱਖੇ ਖਾਜਾ ਸਾਹਿਬ ਦਾ ਤਾਂ ਹੁਕਮ ਹੈ ਜੋ ਥੋੜ੍ਹਾ ਪੜ੍ਹਿਆ ਹੈ ਲੇਕਿਨ ਖਾਜਾ ਮੇਰੀ ਮਜਬੂਰੀ ਹੈ ਮੈਂ ਦੂਜਿਆਂ ਲਾਕਰਾਂ ਤਾਂ ਹੀ ਨਹੀਂ ਨਾ ਉਹਨਾਂ ਦੀ ਤਾਂ ਕੋਸ਼ਿਸ਼ ਹੁੰਦੀ ਹੈ ਕਿਤੇ 20 ਮਿੰਟ ਹੀ ਪੜ੍ਹੀਏ ਲੇਕਿਨ ਮੇਰਾ ਇਸ਼ਕ ਹੈ ਮੈਂ ਇਸ ਜ਼ਿਕਰ ਨੂੰ ਜ਼ਰੀਆ ਨਿਜਾਤ ਦੀ 40 ਸਾਲ ਦੀ ਜ਼ਿੰਦਗੀ ਸਮਝੇ ਅੱਲਾਹੁ ਅਕਬਰ ਇਮਾਮ ਹੁਸੈਨ ਤੁਹਾਨੂੰ ਉਸ ਤੇ ਰੱਖੇ ਅਗਰ ਇਹਨਾਂ ਦੀ ਤਿਸ਼ਨਗੀ ਅੱਜ ਵੀ ਬਾਕੀ ਰਵੇ ਫਿਰ ਮੁਹਰਮ ਪੜ੍ਹਨ ਦਾ ਮੇਰਾ ਕੀ ਫਾਇਦਾ ਅੱਲਾਹੁ ਅਕਬਰ ਅੱਲਾਹੁ ਅਕਬਰ ਹੁਸੈਨ ਫਰਮਾਇਆ ਜੇ ਪਾਣੀ ਪੀ ਲਏ ਨਾ ਤਾਂ ਇੱਕ ਗੱਲ ਲੈ ਰੱਖੀ ਕੈਦੀ ਨਾਲੋਂ ਜ਼ਖਮੀ ਨੂੰ ਤਰੇ ਢੇਰ ਲੱਗਿਆ ਟੁਰ ਗਏ ਤੂੰ ਇਹ ਫਿਰਿਆ ਕੁਝ ਦਿਨ ਤੱਕ ਤੋਂ ਬਾਅਦ ਵੱਧ ਤੂੰ ਇਹ ਫਿਰਿਆ ਭਲੋ ਹੀ ਮੇਰਾ ਬੁਲਾ ਕੈਦੀ ਨਾਲੋਂ ਬੁਲਾ ਲਾਉਂਦੇ ਕਰੇ ਦੇ ਵਕਤ ਹੁਸੈਨ ਦੇ ਸ਼ਿਮਰ ਦੀ ਕੋਠੜੀ ਦੇ ਦਰ ਦੇ ਕਦਮ ਰੁਕੇ ਹਸਨ ਸਤਵੇਂ ਕਦਮ ਤੋਂ ਮੁੜ ਕੇ ਡਿੱਠਾ ਹੈ ਹੁਸੈਨ ਅਗਲੇ ਦਿਨ ਵੀ ਰੋਇਆ ਗਿਆ ਅੱਜ ਵਕਤ ਰੋਇਆ ਉਸਨੇ ਆਖਿਆ ਸੋ ਅਮੀਰੇ ਮੈਂ ਗਰੀਬ ਮਨਵਰ ਸਾਹਿਬ ਅੱਜ ਹੁਸੈਨ ਲਫ਼ਜ਼ ਬਦਲੇ ਹੱਥ ਵਧਾ ਕੇ ਅੱਜ ਤੂੰ ਵਤਨ ਆਲੇ ਮੈਂ ਮੇਰੇ ਵਤਨ ਗਰੀਬ ਦੀ ਕੰਡ ਸਮਾਂ ਜਿਨ੍ਹਾਂ ਦੇ ਫੇਰਾ ਜੀਂਦੇ ਹੋਏ ਫੇਰਾਵਾਂ ਦੀ ਕੰਡ ਸਮਾ ਲੈਂਦੇ ਹਸਨ ਕੰਡ ਸੰਭਾਲੀ ਸਿੱਖਾਂ ਨਾਲ ਮੱਥਾ ਟੇਕ ਕੇ ਗਰੀਬ ਫਰਮਾਇਆ ਉਸ ਦਿਨ ਫਰਮਾਇਆ ਨੇ ਸ਼ਿਮਰ ਮੈਂ ਸੁਜਾਨ ਮੈਂ ਹੁਸੈਨ ਥੱਪੇ ਅੱਜ ਗਰੀਬ ਲਫ਼ਜ਼ ਬਦਲੇ ਸਰ ਚਵਿਆ ਸ਼ਬੀਰ ਸੱਜ ਹੱਥ ਵਧਾ ਕੇ ਦੇ ਸ਼ਿਮਰ ਮੈਂ ਸੁਜਾਨ ਮੈਂ ਸਕੀਨਾ ਦਾ ਬਾਬਾ ਅੱਲਾਹ ਅੱਲਾਹ ਅੱਲਾਹ
زہرہ دا پتر شبیر فرماندے نے اجواد حسین وسدا ہے حسین تے پوچھدا ہے کوٹھی تن کئی تکلیف ہو ہاتھ جوڑ کے تے حسین دی سب تو وڈی تکلیف ہے نا میں بھی 4 سال دی تھی حسین جان نے ان سے پھروا دی یا دی یا دی پیاریو اللہ با اللہ با اللہ با دی یا دی یا دی اپنی دید صدقے ویلو رہے ہائی نیوا میں لجبابی حسین بھی سنے لگے ہیں بسم اللہ ترہ حسین سٹ مارے بلوی سید حسین سٹ مارے نانا سلیمان جی اللہ حضرت شبیر فرمائے نانا لگا پر جن سے میں امیر بابا مسلح تے بیٹھے ہیں میرے امیر باپ نواں کربلا دا غریب پیادے میں بھی سجنا تے کوئی حق رکھدا ہاں اے میرے نبی شاہ دے میرے خیال اے تسی امیر ہو میں غریب ہاں غریب بھی امیر تے کوئی حق رکھدا ہے شمر دی رہائی دی بابا سند بنا آج غریب دی من لے دھرم دی دیگر کربلا جتنی آج سو غریب مرے گا راسی منڈی والے علی مسلے رکھ رونا کوئی سنی بندہ بیٹھا ہے مجلس ہونے کتا کم دا تھلے پیراں تے ہاتھ رکھ کے حسین حسین بخت لگ رہا نہیں میں فرمائے اجے نہیں میں اپنی نسل دس کے مرساں شمر دے موسم دا نام حسین نے مولا فرمائے نے جڑی گل کوٹھڑی کیتی آئی آ وہ وقت دورا مولا فرمان شبیر فرمائیں کی گل دے لکھ لے وقت بدل دے رکھ امیر غریب ہو گئے غریب امیر ہو گئے متا کدائی تو فردہ ہوئے کسے غریب دی دیتاری مدر چاہے حسین آدھے اس نے مارے نہیں انہیں چھوڑا ہوئے 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 ہوئ
ਦਿਖਾਣਾ ਬਾਜ਼ਾਰਾਂ 'ਚ ਵੀ ਮੈਂ ਲੋਕ ਮੇਰੀ ਗੱਡੀ 'ਚ ਲਵੈਂਦੀ ਆਈ ਮੈਂ ਲੋਕਾਂ ਨੂੰ ਬਾਜ਼ਾਰਾਂ 'ਚ ਰੋਂਦਾ ਡਿੱਠਾ ਹੈ ਇਹ ਤੁਹਾਡੀ ਮੁਹੱਬਤ ਹੈ ਇਹ ਤੁਹਾਡੇ ਦਿਲ ਦਾ ਦਰਦ ਹੈ ਸ਼ਬੀਰ ਦੇ ਦੁੱਖ ਮਹਿਸੂਸ ਕੀਤੇ ਮੁਹੰਮਦ ਦੀ ਜ਼ਖਮੀ ਦੀ ਤੁਹਾਡੀ ਇਬਾਦਤ ਕਬੂਲ ਬਸ ਮੈਂ ਇਤਨੀ ਤੁਹਾਡੇ ਹੱਕ ਵਿੱਚ ਦੁਆ ਕਰ ਸਕਦਾ ਹੁਸੈਨ ਜ਼ਿੰਦਗੀ ਤੈਨੂੰ ਕਿਸੇ ਕਮੀਨੇ ਦਾ ਮੌਕਾ ਅੱਛੇ ਅਜ਼ਾਦਾਰ ਹੋ ਅੱਲਾਹ ਅਕਬਰ ਹੁਸੈਨ ਫਰਮਾਇਆ ਕਿ ਨਾ ਫਰਦਾ ਹੋਵੇ ਕਿਸੇ ਗਰੀਬ ਦੀ ਧੀ ਤੈਨੂੰ ਮਿਹਨਤ ਕਰੇ ਉਸ ਨੂੰ ਤਮਾਮ ਚ ਨਾ ਮਾਰੇ ਜਿੰਨਾ ਉਸ ਨੂੰ ਛੁੜਾ ਬਣਾ ਉਹ ਹਰ ਦਿਨ ਘੋੜਿਆ ਤੋਂ ਲੈ ਗਏ ਅਦੇ ਹੁਸੈਨ ਹੀ ਨਹੀਂ ਹੋ ਸਕਦਾ ਜਾਗਦੇ ਪਏ ਹੋ ਅੱਲਾਹ ਅਕਬਰ ਖਤਮ ਰੁੱਤੀ ਬਦਲ ਗਈਆਂ ਛੋੜ ਦੇਵਾਂ ਸਾਰੀ ਕਹਾਣੀ ਚਾਚਾ ਬੁਰੀ ਦਾ ਬਾਸ ਲੰਗਾ ਲੰਗਾ ਵੱਡੇ ਦਾ ਕਰੋ ਛੋੜਨ ਕੇ ਪਤਾ ਲਾ ਕੇ ਕਿਲੇ ਗਏ ਅੱਲਾਹ ਅਕਬਰ ਲੰਗਾ ਤੇ ਜੰਡੀਰ ਵੱਡੇ ਦਾ ਕਰੋ ਚਾਚਾ ਬੁਰੀ ਦਾ ਬਾਸ ਲੰਗਾ ਆਮਰ ਰਬਾਨੀ ਦਾ ਉਸਤਾਦ ਹੈ ਜ਼ੈਫਮ ਜ਼ਰਕੀ ਦਾ ਉਸਤਾਦ ਹੈ ਉਹਨਾਂ ਦੀ ਪੱਗ ਵੱਟੀ ਹੋਈ ਹੈ ਸਾਡੇ ਉਸਤਾਦ ਨਾਲ ਚਾਚਾ ਮੁਰੀ ਦਾ ਬਾਸ ਲੰਗਾ ਦੀ ਸਤਰ ਹੈ ਮੁਰੀ ਦਾ ਬਾਸ ਲੰਗਾ ਪੜਦਾ ਨਿਮਾ ਦਾ ਹਰਾਮ ਮੁਸਲਮਾਨ ਵਸ ਪੈ ਹੁਸੈਨ ਉਜੜ ਗਿਆ ਅੱਲਾਹ ਅਕਬਰ ਅੱਲਾਹ ਅਕਬਰ ਵਾਹ ਭਾਈ ਵਾਹ ਵਾਹ ਭਾਈ ਵਾਹ ਵਾਹ ਭਾਈ ਵਾਹ ਜਿਹੜੇ ਹੁਸੈਨ ਦੇ ਬੂਹੇ ਤੇ ਪਲਦੇ ਰਹੇ ਉਹ ਨਿਮਕ ਹਰਾਮ ਵਸ ਪਏ ਹੁਸੈਨ ਸ਼ਾਹ ਜੀ ਉੱਜੜ ਥੋੜਾ ਜਿਹਾ ਆਵਾਜ਼ ਖਾਜਾ ਕੋਈ ਨਹੀਂ ਬੈਠਾ ਥੋੜਾ ਜਿਹਾ ਆਵਾਜ਼ ਦਿਓ ਰੁੱਤੀ ਆ ਗਈਆਂ ਹੁਸੈਨ ਭੱਜਦੇ ਘੋੜੇ ਦੀ ਰੀਂ ਛੋੜ ਦਿੱਤੀ ਹੁਣ ਮੈਂ ਸਹੀ ਪੈ ਕੱਢਾ ਨਾ ਅੱਜ ਕਿਆਮਤ ਫੇਰ ਗਰਮੀ ਬੰਦਾ ਬਹਿ ਹੀ ਨਹੀਂ ਪੈ ਸਕਦਾ ਅੱਲਾਹ ਅਕਬਰ ਹਰ ਕੋਈ ਫੜਦਾ ਘੋੜੇ ਨੂੰ ਸਤਾਰਵੇਂ ਕਦਮ ਤੇ ਪਤਾ ਲੱਗਦਾ ਲਿਖਣੇ ਆਮ ਘੋੜਾ ਨਹੀਂ ਇਸ ਦਾਹਰਾ ਦੀ ਚਾਦਰ ਚ ਦਾਹ ਰੱਖਾ ਦੋ ਸਯਦਾ ਮਿਹਨਤ ਕਰ ਕਰੇ ਨਾ ਜ਼ਿੰਮੇਦਾਰ ਬੰਦਾ ਇਸ ਘੋੜੇ ਤੇ ਪਏ ਚੁੰਮੇ ਕਰ ਰੱਤੀ ਬਰਾਬਰ ਕੋਈ ਮਦਦ ਚ ਕਰੇ ਨਾ ਜ਼ਿੰਦਗੀ ਉਸ ਬੰਦੇ ਦਾ ਇਹਸਾਨ ਨਹੀਂ ਲਹਾ ਸਕਦਾ ਘੋੜੇ ਹੁਸੈਨ ਦਾ ਸਾਥ ਉਸ ਵੇਲੇ ਦਿੱਤਾ ਹੈ ਜਿਹੜੇ ਰਾਜੀ ਘੋੜੇ ਉੱਤੋਂ ਲੈਣਾ ਕਿਤੇ ਪੈਰ ਚੁੰਮੇ ਕਰ ਹੰਝ ਤਾਂ ਸਾਡੀਆਂ ਸੈਦ ਜ਼ਾਦੀਆਂ ਦਾ ਵੀ ਦਿੰਦੇ ਨੇ ਤੇ ਪੈਰ ਨਹੀਂ ਚੋ ਰਹੀਆਂ ਸਾਡੀਆਂ ਲਿਖੀਆਂ ਲਿਖੀਆਂ ਸੈਦ ਜ਼ਾਦੀਆਂ ਵਾਲ ਖੋਲ ਕੇ ਹੰਝ ਤਾਂ ਨਹੀਂ ਪੁੱਛਦੀਆਂ ਕਿਥਲਾ ਆਏ ਸਬੀਲਾ ਦਾ ਬਾਬਾ ਮੈਂ ਵਫਾ ਪੜਨਾ ਘੋੜੇ ਦੀ ਵਫਾ ਤਾਂ ਘੰਟਾ ਲੱਗਦਾ ਅਗਲੇ ਮੁਹਰਮ ਚ ਅਗਲੇ ਅਸ਼ਰ ਚ ਮੈਂ ਤੈਨੂੰ ਮੁਰਤਜਿਸ ਦੀ ਵਫਾ ਸੁਣਿਆ ਸੀ ਮਜ਼ਮੂਨ ਹੀ ਸਾਰਾ ਮੁਰਤਜਿਸ ਦਾ ਹਾਂਜੀ ਅਸੀਂ ਕਮਲੇ ਨਹੀਂ ਅਸੀਂ ਹਰ ਘੋੜੇ ਦੇ ਪੈਰ ਨਹੀਂ ਚੁੰਮਦੇ ਵੈਣ ਅੱਜ ਵੀ ਮੈਂ ਕਰਨਾ ਇਹਦੀ ਵਫਾ ਤੇ ਜਿਹਦੇ ਤੇ ਬੰਦੇ ਮੈਂ ਅਟਕ 2008 ਚ 10 ਬੰਦੇ ਸ਼ੀਆ ਹੋਏ ਮਾਸ਼ਕੀ ਸ਼ਾਰਾ ਇਸ ਦੁੱਲੇ ਲਾਈ ਮਜਲਸ ਹੋ ਰਹੀ ਸਰਦਾਰ ਅਲੀ ਇਮਰਾਨ ਨਾਲ ਦੇ ਕੋਲ ਉੱਥੇ ਮੈਂ ਮੁਹਰਮ ਪੜਿਆ ਇਹ ਮੈਂ ਵੈਣ ਕੀਤਾ ਦਾ ਸੁਣੀ ਗਿਆ ਕੁਰਾਨ ਲੈ ਕੇ ਬੜੀ ਜੋ ਵਿੱਚ ਰੱਖਿਆ ਤੇ ਨਸਰਾਂ ਦਾ ਇਹ ਗੱਲ ਸਹੀ ਹੈ ਮੈਂ ਕਿਹਾ ਲੋ ਮੈਂ ਲਾਰਾ ਦਾ ਬੁੱਧ ਰਹਾ ਹਾਂ ਉਸਨੇ ਹੱਥ ਜੋੜ ਕੇ ਤੇ ਅੱਗੇ ਘੋੜੇ ਦੀ ਬੜੀ ਮੁਖਾਲਫਤ ਕੀਤੀ ਹੈ ਜ਼ਿੰਦਗੀ ਘੋੜੇ ਦੀ ਮੁਖਾਲਫਤ ਨਾ ਕਰ ਸਕਦਾ ਇਸ ਨੂੰ ਲੱਥੇ ਦਾ ਪਤਾ ਹੈ ਘੋੜੇ ਨੂੰ ਲੱਥੇ ਦਾ ਪਤਾ ਹੈ ਸ਼ਬੀਰ ਬੱਲੇ ਗਏ ਇਹਦੀ ਰਫਤਾਰ ਇਤਨੀ ਤੇਜ਼ ਹੈ ਜਿਹੜੇ ਸਮਝਿਆ ਨਾ ਗਰੀਬ ਲੜ ਨਹੀਂ ਸਕਦਾ ਮੈਂ ਇਹਦੀ ਮਾਂ ਦੀ ਚਾਦਰ ਦਾਣਾ ਖਾਂਦਾ ਹੋਇਆ ਮੈਂ ਇਸ ਨੂੰ ਨਾਨੇ ਦੀ ਕਬਰ ਤੇ ਲੈ ਲੈਂਦਾ ਇਹਦਾ ਇਰਾਦਾ ਹੁਸੈਨ ਸਮਝਿਆ ਭਜੀ ਦੋ ਘੋੜੇ ਦੀ ਜ਼ਮੀਨ ਹੁਸੈਨ ਛੋੜ ਦਿੱਤੀ ਸਦਾਰਵੇਂ ਕਦਮ ਤੇ ਪਹੁੰਚੇ ਇਸ ਰਫਤਾਰ ਤੇ ਕੰਟਰੋਲ ਕੀਤਾ ਲੇਕਿਨ ਇੱਕ ਰਵਾਜ ਜੇ ਉਸਤਾਦ ਪੜਦਾ
او پردین ملک جے ستارے قدم تیری اے یا سہارا تے زخمی ہاتھ کھول دے لا دے بدور لوگ دی گھوڑا کڈ پچھنے میں پوتر دا جان دے اللہ بھائی اللہ مان بھائی اللہ سونا کرو گے ہو جاتی ہو
Oh!
پتروں آخری بار شبیر فرمایا